ਇੱਕ ਗੁਜਰਾਤ ਦੀ ਸੋਹਣੀ ਆਖੀ, ਇੱਕ ਬੰਬੋਰ ਦੀ ਰਾਣੀ, ਇੱਕੋ ਜੇ ਦੁਆਂ ਦੇ ਮੱਥੜੇ ਨੇ ਵੱਖੋ ਵੱਖ ਕਹਾਣੀ, ਕਾਦਰੀ ਰਿੰਦ ਫਕੀਰ ਜੇ ਜਾਣੋ ਜਿਸਨੇ ਰਮਜ਼ ਪਛਾਣੀ, ਇੱਕ ਪਾਣੀ ਨੂੰ ਸੈਕ ਕੇ ਮੋਈ, ਇੱਕ ਡੁੱਬ ਮੋਈ ਵਿੱਚ ਪਾਣੀ, ਕੱਕੇ ਵਾਲੇ ਨੇ ਲਿਖਿਆ। ਐ ਸੁਣ ਨਾਮ ਤਬੀਤਾਂ ਕੋਈ ਕੋਈ ਵਿੱਚ ਗਿਰ ਦੇ ਗਲਦੀਆਂ, ਆ ਵੇਖੀਆਂ ਨੇ ਐ ਜ਼ਿੰਦਾ ਹੈ ਸਾਰੇ ਪਰ ਜ਼ਿੰਦਾ ਦਿਲ ਵਿਰਲੇ ਆਮ ਐ ਲਾਸ਼ਾਂ ਹੀ ਚੱਲਦੀਆਂ, ਵੇਖੀਆਂ ਨੇ ਉਹ ਠੰਡੇ ਜਲ ਦੇ ਬਹਿ ਰਵਾਨ ਅੰਦਰ ਮੈਂ ਤੇ ਅੱਗਾਂ ਵੀ ਬਲਦੀਆਂ, ਵੇਖੀਆਂ ਨੇ ਘਰ ਜ਼ਾਲਮਾਂ ਫਾਸਕਾਂ ਫਾਜਰਾਂ ਦੇ ਨੇਕ ਹਸਤੀਆਂ ਵੀ ਪਲਦੀਆਂ, ਵੇਖੀਆਂ ਨੇ ਤਾਜੂ ਟੁੱਟ ਕਈ ਕੀਮਤੀ ਦਰਾਂ ਯਾਰੋ ਵਿੱਚ ਖਾਕ ਦੇ ਵੀ ਰੁਲਦੀਆਂ, ਵੇਖੀਆਂ ਨੇ ਇੱਕ ਨਾ ਸੁੱਤੀਆਂ ਨੂੰ ਵਸਲ ਨਸੀਬ ਹੋਇਆ, ਝਾਲ ਯਾਰ ਦੀ ਚੱਲਦੀਆਂ, ਵੇਖੀਆਂ ਨੇ ਇੱਕ ਜਾਗ ਸੁਹਾਗ ਨੂੰ ਤਰਸ ਰਹੀਆਂ, ਐ ਰੋ ਰੋ ਅੱਖੀਆਂ ਮਲਦੀਆਂ, ਵੇਖੀਆਂ ਨੇ ਐ ਡਿੱਠੇ ਬਸਤੀਆਂ ਦੇ ਵਿੱਚ ਵੀ ਵਰਾਨ ਖਾਨੇ, ਜੰਗਲ ਝੰਡੀਆਂ ਵੀ ਹਲਦੀਆਂ, ਵੇਖੀਆਂ ਨੇ ਐ ਰੋਣਾ ਉਮਰ ਦਾ ਸਾਈਂ ਸਰਦਾਰ ਆਇਆ ਜਦੋਂ ਖਿੱਤੀਆਂ ਢਲਦੀਆਂ, ਵੇਖੀਆਂ ਨੇ ਬਖਸ਼ਦਾ ਬਾਬਾ ਅਸਗਰ ਸੈਨ ਲਾਜਪਾਲ ਫਕੀਰ ਕਲੰਦਰ, ਆਦਮ ਜਾਮ ਸ਼ਹਿਰ ਬੰਬੋਰ ਦਾ ਇੱਕ ਬਾਦਸ਼ਾਹ ਹੋਇਆ, ਨਜੂਮੀਆਂ ਤੇ ਕਹਾਣੀਆਂ ਨੂੰ ਬੁਲਾ ਕੇ ਪੁੱਛਦਾ ਮੇਰੀ ਕਿਸਮਤ ਦੇ ਵਿੱਚ ਕੋਈ ਔਲਾਦ ਵੀ ਹੈ, ਨਜੂਮੀਆਂ ਨੇ ਆਖਿਆ ਤੇਰੇ ਘਰ ਇੱਕ ਬੱਚੀ ਪੈਦਾ ਹੋਵੇਗੀ, ਕੇ ਚਮਕਰਾਨ ਦਾ ਇੱਕ ਸ਼ਹਿਜ਼ਾਦਾ ਹੋਵੇਗਾ, ਜਿਸ ਦੇ ਮਗਰ ਹੋ ਜਾਏਗੀ ਤੇਰਾ ਜ਼ਮਾਨੇ 'ਤੇ ਲੰਘ ਉਤਾਰ ਦੇਗੀ, ਉਹਦਾ ਕੰਮ ਇਹ ਕਰਨਾ ਜੰਮਦੀ ਨੂੰ ਮਾਰ ਦੇਣਾ, ਮੇਰੇ ਮਾਲਕ ਦੀ ਕਰਨੀ ਬੱਚੀ ਪੈਦਾ ਹੋ ਪਈ। ਆਦਮ ਜਾਂ ਵਜ਼ੀਰ ਨੂੰ ਸੱਦ ਕੇ ਆ ਬੱਚੀ ਮਾਰ ਕੇ ਸ਼ੋਰ ਮੁਕਾ ਦੇਈਏ, ਉਹ ਨਾ ਹੀ ਵਿੱਚ ਪਿਆਰ ਔਲਾਦ ਵਾਲੇ ਆਪਣੀ ਜ਼ਾਤ ਨੂੰ ਦਾਗ ਨਾ ਲਾ ਲਈਏ, ਹੱਥ ਜੋੜ ਕੇ ਅਰਜ਼ ਵਜ਼ੀਰ ਕੀਤੀ, ਉਹ ਸ਼ੇਖਾ ਖੂਨੀ ਮਾਫ ਫਰਮਾ ਦੇਈਏ, ਕਤਲ ਦਫਤਰੂ ਮਨਾ ਰਸੂਲ ਕੀਤਾ ਨਾ ਹੀ ਭੁੱਲ ਕੇ ਪਾਪ ਕਮਾ ਦੇਈਏ, ਆਖੇ ਲੱਗ ਕੇ ਨਜੂਮੀਆਂ ਤੇ ਕਹਾਣੀਆਂ ਦੇ ਨਾ ਹੀ ਰੱਬ ਦਾ ਹੁਕਮ ਭੁਲਾ ਦੇਈਏ, ਐ ਟਲਦੀ ਕਦੇ ਵੀ ਨਹੀਂ ਤਕਦੀਰ ਰੱਬ ਦੀ ਘੋੜੇ ਅਕਲ ਦੇ ਲੱਖ ਦੜਾ ਦੇਈਏ, ਉਹ ਤੇਰੀ ਜਿਵੇਂ ਰਜ਼ਾ ਏ ਪਰ ਵਾਂਗ ਦੈਮ ਅਸੀਂ ਮਸ਼ਹਰਾ ਨੇਕ ਸੁਣਾ ਦੇਈਏ। ਮਸ਼ਵਰਾ ਦੱਸਦੇ ਨੇ ਬਾਦਸ਼ਾਹ ਨੂੰ, ਇੱਕ ਸੰਦੂਕ ਬਣਵਾ ਜਿਹਨੂੰ ਸਾਫ਼ ਅਤੇ ਸੁੱਕੀ ਲੱਕੜ ਲੱਗੇ, ਉਸ ਦੇ ਪੰਜ ਖਾਨੇ ਬਣਵਾ, ਚੌਂ ਖਾਨਿਆਂ ਦੇ ਵਿੱਚ ਇਸ ਮਸੂਮ ਦਾ ਦਾਜ ਤਾਜ ਅਤੇ ਪੜ੍ਹਨ ਦਾ ਖਰਚ, ਅਤੇ ਪੰਜਵੇਂ ਵਿੱਚ ਇਹਨੂੰ ਬੰਦ ਕਰਕੇ ਦਰਿਆ ਬੁਰਦਾ ਕਰ ਦਿਓ, ਮਾਰੇ ਨਾ ਮਾਰੇ ਰੱਖੇ ਨਾ ਰੱਖੇ, ਡੈਮ ਡੋਰੇ ਹੱਥ ਖੁਦਾ ਸ਼ਾਹ। ਬਾਦਸ਼ਾਹ ਬੱਚੀ ਲੈਣ ਦੇਣ ਜਾਂਦਾ ਮਾਂ ਦੀ ਗੋਦ ਵਿੱਚ, ਦੋ ਦਿਨ ਦੀ ਬੱਚੀ ਸ਼ੀਰ ਪੀ ਲੈਂਦੀ ਹੈ, ਹੁਣ ਬਾਪ ਪਿਆ ਖਿੱਚਦਾ ਕਿਸ ਤਰ੍ਹਾਂ ਖਿੱਚਦਾ।
ਝੱਲੀ ਮਲਕਾ ਚੱਲੀ ਉਹ ਬੜੀ ਤੱਤੀ ਬੁਲੇ
ਵਿਆਹ ਤੇ ਆ ਗਿਆ ਜਿਹੜੇ ਬਣਾਈ ਆ ਫਾਤਾਂ ਦੀਆਂ ਨੂੰ ਤੂੰ ਬਚ ਕੇ ਸੰਦੂਕ ਕਿਨਾਰੇ ਨਾਲ ਆ ਗਿਆ ਉਹ ਤਾਂ ਟੋਬੀ ਫੜ ਕੇ ਘਰ ਲੈ ਜਾਂਦਾ ਤਾਲਾ ਲੱਗਿਆ ਨਾਲ ਚਾਬੀਆਂ ਟੰਗੀਆਂ ਨੇ ਜਿਹੜੇ ਵੇਲੇ ਬਾਬੇ ਅੱਤੇ ਨੇ ਸੰਦੂਕ ਦਾ ਫੱਟਾ ਚੁੱਕਿਆ ਤੇ ਸੱਸੀ ਸ਼ਹਿਜ਼ਾਦੀ ਦੋ ਦਿਨ ਦੀ ਮੂੰਹ ਦੇ ਵਿੱਚ ਅੰਗੂਠ ਲੈ ਆ ਜ਼ਿਕਰੇ ਰਸੂਲ ਲੱਭ ਕਰਦੀ ਹਜ਼ਰਤ ਇਸ਼ਕ ਆ ਜਾਂਦਾ ਬਾਬੇ ਅੱਤੇ ਦੇ ਘਰ ਉਹਦੇ ਨਾਲ ਆ ਕੇ ਇਸ਼ਕ ਗੱਲ ਕਰਦਾ ਬਾਬੇ ਅੱਤੇ ਨਾਲ ਕਿਹੜੀ ਕਰਦਾ ਕਿੰਗਲ
ਦੀ ਵੀ ਛੜੀ ਦੇ ਹੁਸਨ ਬਣ ਕੇ ਗੱਲਾਂ ਭੁੱਲ ਗਈਆਂ ਸੂ ਹੋਰ ਜਹਾਨ ਦੀਆਂ ਪੀ ਲਿਆ ਜਾਮ ਸ਼ਰਾਬ ਦਾ ਖਾਬ ਅੰਦਰ ਇਹ ਮਿਹਰਬਾਨੀਆਂ ਨੇ ਪੀਰ ਗਿਲਾਨ ਦੀਆਂ ਤੇ ਪੈਰੀ ਡਿੱਗ ਕੇ ਪੁੱਛਦੀ ਏ ਕੌਣੋ ਜੀ ਵੇ ਕਿਹੜੀਆਂ ਧਰਤੀਆਂ ਨੇ ਆਪ ਸੁਲਤਾਨ ਦੀਆਂ ਸ਼ਹਿਜ਼ਾਦਾ ਪੁੰਨੂ ਸਾਹਮਣੇ ਖਲੋ ਕੇ ਸੱਸੀ ਸ਼ਹਿਜ਼ਾਦੀ ਨੂੰ ਜਵਾਬ ਕਰਦਾ ਸ਼ਾਹੀ ਖਾਦਮ ਗੱਜ ਗੱਜ ਕੇ ਨੋਬਤਾਂ ਵੱਜ ਰਹੀਆਂ ਉਲਾ ਮਨ ਹਾ ਮਨਾਣ ਦੀਆਂ ਧਰਤੀ ਦਿਲੇ ਦੀਦੇ ਸਤਰਾਂ ਲਿਖ ਦੈਮ ਅਰਬ ਯਾਸੀਨ ਰਫਾਨ ਦੀਆਂ ਸੁੱਤੀ ਸੀ ਹੱਸਦੀ ਹੱਸਦੀ ਮਸ ਜੋਗਣ ਅੱਖਾਂ ਖੁੱਲੀਆਂ ਤੇ ਕਾਜ਼ੀ ਜੀ ਸੱਸੀ ਰੋਣ ਲੱਗੀ ਮੇਰਾ ਖਾਨ ਪੁੰਨੂ ਆਏ ਖਾਨ ਪੁੰਨੂ ਉਹ ਚੱਲੀ ਕਮਰੀ ਤੇ ਬਾਵਰੀ ਹੋਣ ਲੱਗੀ ਲੰਮੇ ਦੇਰ ਸਰਕਾਰ ਦੇ ਮੂੰਹ ਕਰਕੇ ਤਾੜੇ ਲਾ ਕੇ ਨੈਣ ਖਲੋਣ ਲੱਗੀ ਉਹ ਭੁੱਲ ਗਏ ਸੁੱਕਣ ਪੜਾਣ ਸਾਰੇ ਮੋਤੀ ਅੰਜਵਾਰ ਕਰਾਉਣ ਲੱਗੀ ਉਹ ਕੇ ਸ਼ਾਹਜ਼ਾਦੀ ਘਰ ਧੋਬੀਆਂ ਦੇ ਚੱਕੀ ਇਸ਼ਕ ਬਲੋਚ ਦੀ ਝੋਣ ਲੱਗੀ ਉਧਰ ਸੱਸੀ ਨੇ ਚੱਕੀ ਬਲੋਚ ਦੀ ਝੋ ਲਈ ਏ ਉਧਰ ਧੋਬੀ ਰਿਸ਼ਤਾ ਲੈਣ ਵਾਸਤੇ ਅੱਤੇ ਧੋਬੀ ਦੇ ਬੂਹੇ ਤੇ ਆ ਗਏ ਨੇ ਬਾਬੇ ਅੱਤੇ ਨਾਲ ਕਿਹੜੀ ਗੱਲ ਕਰਦੇ ਨੇ ਤੇ ਬਾਬਾ ਅੱਤਾ ਉਹਨਾਂ ਨਾਲ ਕਿਹੜੀ ਕਰਦਾ ਤੇ ਨਿਸ਼ਾਈ ਖਾਦਮ ਮੁਹੰਮਦ ਅਸਲਮ ਲੱਤੀ ਵਾਲਾ ਪੇਸ਼ ਕਰਦਾ ਕਿਹੜਾ ਕੰਮ ਧੋਬੀਆਂ ਆਤੀ
ਫੂਰ।